ਜਿਹੜੀ ਛੋਟੇ ਘਟਨਾ ਵਾਪਰੀ ਕਿਉਂ ਵਾਪਰੀ ਜੀ ਬੋਲ ਮੈਂ ਦਿੱਲੀ ਤੋਂ ਆ ਰਿਹਾ ਸੀਗਾ ਬਲਾਸਪੁਰ ਜਦੋਂ ਮੇਰੇ ਮੂਹਰੇ ਫੋਰਚੂਨਰ ਲੱਗੀ ਆ ਫਿਰ ਉਹਨਾਂ ਨੇ ਮੇਰੇ ਪਿੱਛਾ ਕਰਕੇ ਤੇ ਮੂਹਰੇ ਰੋੜੇ ਸਿੱਟੇ ਹੋਏ ਸੀ ਬੋਨਾ ਪੱਥਰ ਉਹਦੇ ਬਰਾਬਰ ਮੇਰੀ ਗੱਡੀ ਭੰਨ ਤੋੜ ਕਰਕੇ ਤੇ ਲੁੱਟ ਖੋ ਕੀਤੀ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਬਸ ਜੋਰ ਜੀ ਉਹਨਾਂ ਨੂੰ ਜਿਹੜੇ ਉਹਨੇ ਕਾਰਵਾਈ ਕੀਤੀ ਆ ਵੀ ਉਹਨਾਂ ਦੇ ਕੋਈ ਪਕੜ ਕੀਤਾ ਜਾਵੇ ਵੀਰੇ ਮੇਰਾ ਨਾਮ ਜਗਬਾਬਰੀ ਜੱਗਾ ਪਿੰਡ ਲੋਪੋ ਆ ਇਹ ਮੇਰਾ ਵੀ ਮੱਲੇ ਤੋਂ ਸੁਪਨਾਮ ਸਿੰਘ ਇਹ ਰਾਤ ਦਿੱਲੀ ਤੋਂ ਆਉਂਦਾ ਸੀਗਾ ਤੇ ਜਦੋਂ ਇੱਥੇ ਬਿਲਾਸਪੁਰ ਦੇ ਮੋੜ ਤੇ ਆਇਆ ਤੇ ਇੱਥੋਂ ਇੱਕ ਫਾਰਚੂਨਰ ਗੱਡੀ ਇਹਦੇ ਮੂਹਰੇ ਲੱਗ ਗਈ ਮੂਹਰੇ ਲਾ ਕੇ ਜਦੋਂ ਇਹ ਪੁਲ ਕ੍ਰਾਸ ਕੀਤਾ ਤੇ ਗਾਂਹ ਪੱਥਰ ਰੱਖੇ ਹੋਏ ਸੀ ਉੱਥੇ ਜਾ ਕੇ ਇਹਦੇ ਮੂਹਰੇ ਲਾ ਕੇ ਗੱਡੀ ਇਹਦੀ ਰੋਕ ਲਈ ਰੋਕਣ ਸਾਰ ਉਹਨਾਂ ਨੇ ਭੰਨ ਤੋੜ ਕੀਤੀ ਆ ਐਨ ਆਰ ਆਈ ਸਵਾਰੀ ਸੀ ਇਹਨੂੰ ਥੱਲੇ ਸੁੱਟ ਕੇ ਇਹਦਾ ਸਾਰਾ ਕੁਛ ਕੱਢ ਲਿਆ ਐਨ ਆਰ ਆਈ ਸਵਾਰੀ ਸੀਗੀ ਜਿਹੜੀ ਉਹਦਾ ਜੋ ਕੁਛ ਪਾਇਆ ਸੋਨਾ ਸੱਪਾ ਉਹਦਾ ਉਹ ਲਾ ਲਿਆ ਕੁੱਟ ਕੇ ਪੂਰਾ ਤਸੱਲੀ ਦੇ ਨਾਲ ਗਏ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਅੱਗੇ ਤੋਂ ਕਿਹਾ ਜੀ ਕੋਈ ਘਟਨਾ ਨਾ ਹੋਵੇ।